धमकी दे रहा सिद्धि कहता जो मर्जी कर लो। हाँ बोल हूँ बोल पंजाब में गुंडागर्दी बढ़ती जा रही है और इसी बीच एक बड़ी खबर पंजाब के लुधियाना से सामने आ रही है। आपको बता दें कि लुधियाना के बस स्टैंड पर हंगामा हो गया। हंगामे की वीडियो भी सामने आई है। कंडक्टर ने महिलाओं को बस में चढ़ाने आए एक व्यक्ति को थप्पड़ जड़ दिया। थप्पड़ मारने के बाद कंडक्टर बस में बैठकर निकल गया। दरअसल महिलाएं अपने साथ ज्यादा सामान लाई थी जिस पर कंडक्टर ने उन्हें सामान नहीं रखने दिया और विवाद शुरू हो गया। कंडक्टर और उसके साथियों की महिला से भी बहसबाजी हुई। कंडक्टर उसके साथियों का कहना है कि वो बस में मुफ्त सफर कर सकती है लेकिन सामान नहीं ले जा सकती। इसी बात को लेकर उनकी कितनी देर तक बहसबाजी होने के बाद जब व्यक्ति ने उसे समझाने की कोशिश की तो बस कंडक्टर ने उसके थप्पड़ जड़ दिया। अब इस घटना का पूरा वीडियो सोशल मीडिया पर वायरल हो रहा है। पंजाब केसरी के लिए विजय चाइल की रिपोर्ट। धमकी दे रहा सिद्धि कहता जो मर्जी कर लो। हाँ बोल हूँ बोल फिर एक सरकारी गड्डी है अगले का लख रुपये नुकसान हो जाना थोड़े 30-70 रुपये तुम दो जनिया फ्री तो है सरकार का शुक्र मनाओ तुम तो नजायज फायदा लैन लग गए सरकार का डीलिंग चंगी करो तुम घर का कटिया बनाया पैसा है समान सेट करके आना मैं तुम की करा थपड़े मारने दे मैं हूं भी मारने मेरा नाम महिंद्रपाल है जी। हलका आत्म आम आदमी पार्टी तो यूथ का प्रधान है जी। कारवाई मेरे को हुण पता लग्या मेरे भरा है वार्ड नंबर 47 का वसनीक आ मेरे एरिए का वसनीक आ मैं तो इन्हें सरब मित्तल मेरे शशि जी हुणे ने मेरे नाल गल कीती आ ते जी एम साहब नूं भी असीं मिला आ फरीदकोट डिपू का यह ड्राइवर आ ये जिहड़ी कंडक्टर जा इन्हां ने बदमाशी फैलाई हुई आ ये असी बस अड्डे बिल्कुल नहीं होने देनी पहला भी तुम देखा वा कि जोड़ा भी काम हों बसा के बच्चे ही होंगे ने यह जी कंडक्टर ने बदमाशी ने फैलाई है अपने एक परिवार को छड़न जा रहा सिर्फ छड़न दे बेचे दे उन्हें थप्पड़ मारिया आ मेरे को मूवी आ तुम देखो किडे इन्हें बदतमीजी नाल बंदे ने किया भी ये कि अधिकार देता थप्पड़ मारन का जी आखो जी
ਇਹਨਾਂ ਸਿਰਫ ਗੱਲਬਾਤ ਕੀਤੀ ਜਾ ਰਹੀ ਆ ਤੇ ਆਹ ਥੱਪੜ ਮਾਰਿਆ ਜੀ ਦੇਖੋ ਕਾਰਵਾਈ ਹੁਣ ਮੈਂ ਜੀ ਹੁਣ ਕੰਪਲੀਟ ਕਰਾਂ ਜਰਾ ਜਾ ਰਿਹਾ ਵਾਂ ਸਵੇਰੇ ਸੀ ਪੀ ਸਾਹਿਬ ਨੂੰ ਵੀ ਮਿਲਾਂਗੇ ਅਤੇ ਪਰਚਾ ਦਰਜ ਕਰਾ ਕੇ ਇਹਨੂੰ ਸਸਪੈਂਡ ਕਰਾਂਗੇ ਜੇ ਸੁਣਵਾਈ ਨਾ ਹੋਈ ਸਰਕਾਰ ਤਾਂ ਚਲੋ ਆਪਾਂ ਇਹ ਨਹੀਂ ਕਹਿੰਦੇ ਸਾਡੀ ਲੋਕਾਂ ਦੀ ਸਰਕਾਰ ਆ ਇਹਨੂੰ ਸਸਪੈਂਡ ਕਰਾ ਕੇ ਜੋ ਬਣਦੀ ਕਾਰਵਾਈ ਤੇ ਕਰਾਵਾਂਗੇ ਜੀ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਰਾਜੂ ਸਿੰਘ ਹੈ ਪੱਕਾ ਨਾਮ ਕੀ ਆਪਣਾ ਮੇਰਾ ਨਾਮ ਪੱਕਾ ਹੈਗਾ ਜੀ ਪਰਮਜੀਤ ਸਿੰਘ ਸਰ ਜੀ ਇਹ ਕੱਲ ਦਾ ਮਾਮਲਾ ਜੀ ਤਕਰੀਬਨ 3:30 ਤੋਂ 4:45 ਤੱਕ ਦਾ ਮੈਂ ਆਪਣੀ ਨੂੰਹ ਨੂੰ ਅਤੇ ਉਹਦੀ ਭਰਜਾਈ ਨੂੰ ਚੜ੍ਹਾਉਣ ਗਿਆ ਸੀਗਾ ਬੱਸ ਅਤੇ ਬੱਸ ਚੜ੍ਹਾਉਂਦੇ ਚੜ੍ਹਾਤਾ ਉਹਨਾਂ ਨੂੰ ਬੈਗ ਵੀ ਰੱਖਤਾ ਪਹਿਲਾਂ ਕਹਿੰਦਾ ਇੱਕ ਉਹਨਾਂ ਦਾ ਬੰਦਾ ਵੀ ਡਿੱਗੀ 'ਚ ਰੱਖ ਦਿਓ ਫਿਰ ਕਹਿੰਦਾ ਡਿੱਗੀ 'ਚ ਹੈ ਨਹੀਂ ਜਗ੍ਹਾ ਵੀ ਚੱਲ ਮੈਂ ਕਿਹਾ ਚੱਲ ਫਿਰ ਮੈਂ ਉੱਤੇ ਚੜ੍ਹਾ ਦਿੰਦਾ ਮੈਂ ਬੈਗ ਚੜ੍ਹਾਤਾ ਉੱਤੇ ਅਤੇ ਕਹਿੰਦਾ ਇਹ ਸਮਾਨ ਨਹੀਂ ਜਾਣਾ ਨਾਲ ਮੈਂ ਕਿਹਾ ਜੇ ਸਵਾਰੀ ਜਾਣੀ ਸਮਾਨ ਤਾਂ ਜਾਣਾ ਹੀ ਆ ਹਾਂ ਚੱਲ ਥੋੜ੍ਹਾ ਵੇਟ ਜ਼ਿਆਦਾ 20 ਕਿਲੋ ਮੈਂ ਅੱਧੀ ਟਿਕਟ ਕਟਾਉਣ ਲਈ ਤਿਆਰ ਹਾਂ ਉਹਨੇ ਕੀ ਕੀਤਾ ਮੈਂ ਬੈਗ ਚੱਕ ਕੇ ਮੇਰਾ ਬਾਹਰ ਮਾਰਿਆ ਅਤੇ ਲੇਡੀਜ਼ ਦੇ ਨਾਲ ਬਦਤਮੀਜ਼ੀ ਨਾਲ ਗੱਲ ਕਰਨ ਲੱਗ ਗਿਆ ਉਹਨਾਂ ਨੂੰ ਗਲਤ ਲੈਂਗੁਏਜ ਯੂਜ਼ ਕਰਦਾ ਪਿਆ ਸੀਗਾ ਠੀਕ ਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗ ਗਿਆ ਕਹਿੰਦਾ ਕਰ ਲਓ ਜੋ ਕਰਨਾ ਤੁਸੀਂ ਅਤੇ ਉਸ ਤੋਂ ਬਾਅਦ ਉਹਨੇ ਮੇਰਾ ਮੋਬਾਈਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਥੱਪੜ ਮਾਰਨ ਦੀ ਥੱਪੜ ਵੀ ਮਾਰਨ ਨੂੰ ਆਇਆ ਠੀਕ ਆ ਉਸ ਤੋਂ ਬਾਅਦ ਬੱਸ ਭਜਾ ਕੇ ਲੈ ਗਏ 3 ਬੰਦੇ ਗੁੰਡੇ ਜੇ ਪਤਾ ਨਹੀਂ ਕਿੱਥੋਂ ਲਿਆਏ ਆ ਉਹ ਮੇਰੇ ਨਾਲ ਹੱਥੋਂ ਪਾਈ ਕਰਨ ਲਈ ਤਿਆਰ ਹੋ ਗਏ ਸੀਗੇ ਅਤੇ ਉਸ ਤੋਂ ਬਾਅਦ ਬੱਸ ਭਜਾ ਕੇ ਲੈ ਗਏ ਇਹ ਬੱਸ ਭਜਾਉਣ ਤੋਂ ਬਾਅਦ ਮੈਂ ਦੂਜੀ ਬੱਸ 'ਤੇ ਚੜਾਇਆ ਉਹਨਾਂ ਨੂੰ ਬੱਸ 'ਤੇ ਚੜਾ ਕੇ ਅਸੀਂ ਆ ਗਏ ਉੱਥੇ ਕੀ ਹੋਇਆ ਇਹਨਾਂ ਦੇ ਨਾਲ ਇੱਕ ਜਿਹੜਾ ਬੰਦਾ ਬੋਲ ਰਿਹਾ ਸੀ ਉਹ ਬੰਦਾ ਦੂਜੀ ਬੱਸ 'ਤੇ ਵੀ ਚੜ ਗਿਆ ਚੜ ਕੇ ਕੀ ਕੀਤਾ ਉਹਨਾਂ ਨੇ ਉਹਨਾਂ ਦੇ ਬੈਗ ਦੇ 190 ਰੁਪਈਏ ਚਾਰਜ ਕੀਤੇ ਬੈਗ ਦੇ ਚਾਰਜ ਕੀਤੇ ਜਦੋਂ ਕਿ ਟਿਕਟ ਕੱਟੀ ਗਈ ਆ 2 ਸਵਾਰੀਆਂ ਗਈਆਂ ਸਿਰਫ ਉਹਨਾਂ ਦੀ ਪੈਸੇਂਜਰ ਟਿਕਟ 00 ਕੱਟ ਰਿਹਾ ਥੱਲੇ ਇੱਕ ਤੀਜੀ ਟਿਕਟ ਪੈਸੇਂਜਰ ਦੀ ਕੱਟ ਰਿਹਾ 135 ਰੁਪਈਏ ਦੀ ਠੀਕ ਆ ਉਹਨੇ ਸਮਾਨ ਵੀ ਨਹੀਂ ਲਿਖਿਆ 190 ਰੁਪਏ ਚਾਰਜ ਕੀਤੇ ਆ ਟਿਕਟ ਦੀ ਫੋਟੋ ਵੀ ਮੇਰੇ ਕੋਲ ਆ ਉਹ ਦੂਜੀ ਬੱਸ ਸੀ ਉਹਦਾ ਨੰਬਰ ਵੀ ਹੈਗਾ ਮੇਰੇ ਕੋਲ ਕੀ ਆ ਦੂਜੀ ਬੱਸ ਦਾ ਨੰਬਰ ਵੀ ਹਾਂ ਹਾਂ ਟਿਕਟ ਦੀ ਫੋਟੋ ਹੈ ਮੇਰੇ ਕੋਲ ਹਾਂਜੀ ਆ ਜੀ ਟਿਕਟ ਦੀ ਫੋਟੋ ਜਿਹਦੇ 'ਚੋਂ ਉਹਨੇ ਪੈਸੇ ਚਾਰਜ ਕੀਤੇ ਆ ਆ ਦੇਖੋ ਉੱਪਰਲੀਆਂ 2:00 ਥੱਲੇ ਜਿਹੜਾ ਉਹਨੇ 135 ਰੁਪਏ ਟਿਕਟ ਕੱਢੀ ਤੀਜਾ ਪੈਸੇਂਜਰ ਕਿੱਥੋਂ ਮੈਂ ਤਾਂ ਚੜ੍ਹਾ ਕੇ ਆ ਗਿਆ ਅਸੀਂ ਇਹ ਮੰਗ ਕਰਦੇ ਹਾਂ ਇਹਨੂੰ ਲੁਧਿਆਣੇ ਤੋਂ ਵੀ ਸਸਪੈਂਡ ਕੀਤਾ ਜਾਵੇ ਇਹ ਬੰਦੇ ਨੇ ਇੰਨੇ ਬਦਤਮੀਜ਼ੀ ਨਾਲ ਬੋਲਿਆ ਕਹਿੰਦਾ ਜੋ ਮਰਜ਼ੀ ਕਰ ਲਓ ਜੋ ਹੁੰਦਾ ਤੁਹਾਡੇ ਤੋਂ ਕਰ ਲਓ ਕਹਿੰਦਾ ਕਰਾ ਲਓ ਜੀ ਕਿਹਨੂੰ ਸਸਪੈਂਡ ਕਰਾਉਂਦੇ ਹਾਂ ਨਾਲ ਇਹਦੇ 3 ਗੁੰਡੇ ਵੀ ਸੀਗੇ ਜਿਹੜੇ ਮੇਰੇ 'ਤੇ ਹੱਥ ਪਾਈ ਕਰਨ ਲਈ ਆਏ ਫਿਰ ਕਹਿੰਦੇ ਥਾਣੇ ਲੈ ਕੇ ਚੱਲਦੇ ਮੈਂ ਕਿਹਾ ਮੈਂ ਖੜਾ ਚਲੋ ਥਾਣੇ ਇੰਨੀ ਗੱਲ ਕਰਦੇ ਫੋਨ ਕਰਦੇ ਕਰਦੇ ਬੱਸ ਭਜਾ ਕੇ ਲੈ ਗਏ ਕੰਪਲੇਂਟ ਅਸੀਂ ਗੱਲਬਾਤ ਕਰ ਲਈ ਹੋਈ ਇੱਧਰ ਆਪਣੇ ਵਾਰਡ ਦੇ ਬੰਦਿਆਂ ਨਾਲ ਸਾਰਿਆਂ ਨਾਲ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਹੱਲ ਕਰਵਾਵਾਂਗੇ ਇਸਦਾ